ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਤਾਂ ਜਿਹੜੀਆਂ ਚਾਰ ਨਵੀਆਂ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਚਾਰੂ ਅਪਡੇਟ ਤੁਹਾਡੇ ਨਾਲ ਇਸੇ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਸੋ ਲਾਈਨਮੈਨ ਭਰਤੀ ਜਿਹੜੀ ਆਈਸੀ ਦਾ ਮੈਰਿਟ ਇਹਦੀ ਜਾਰੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਦਫ਼ਤਰੀ ਸਮਾਂ ਬਦਲਣ ਤੇ ਪਰਲ ਕੰਪਨੀ ਨਾਲ ਸੰਬੰਧਿਤ ਅਤੇ 3 ਲੱਖ ਤੋਂ ਘੱਟ ਆਮਦਨ ਵਾਲਿਆਂ ਨੂੰ ਮੋਹਤਸ ਸਵਾਵਾਵਾਂ ਸੰਬੰਧਿਤ ਅਪਡੇਟਾਂ ਜਿਹੜੀਆਂ ਆਈਆਂ ਨੇ ਸੋ ਕੱਲੀ ਕੱਲੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਤ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੋ ਮੈਰਿਟ ਲਿਸਟ ਜਿਹੜੀ ਜਾਰੀ ਕੀਤੀ ਗਈ ਹੈ ਅਸਿਸਟੈਂਟ ਲਾਈਨਮੈਨ ਦੀ ਸੋ 94 2023 ਤਰੀਕ ਹੈ ਜਿਹੜੀ ਤੁਸੀਂ ਇਹਦੇ ਵਿੱਚ ਪੜ੍ਹ ਸਕਦੇ ਹੋ ਸੋ ਜਨਰਲ ਕੈਟਾਗਰੀ ਇਹ ਜੋ ਦਿੱਤੀ ਗਈ ਹੈ ਸੋ 99 ਤੋਂ ਜਿਹੜੀ ਇਹ ਮੈਰਿਟ ਹੈ ਗਈ ਹੈ ਤਾਂ ਸਾਰੇ ਉਮੀਦਵਾਰਾਂ ਦੇ ਵਿੱਚ ਨਾਮ ਐਡ ਦਿੱਤੇ ਗਏ ਹੈ 99 97 86 84 83 ਤੇ ਮਾਰਕਸ ਵਾਲੇ ਉਮੀਦਵਾਰ ਇਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਇਹਦੇ ਵਿੱਚ ਖਾਸ ਕਰ ਜਿਹੜੀ ਇਹ ਹੈ ਉਹ ਮੇਨ ਪੁਆਇੰਟ ਹੀ ਆਏ ਨੇ ਕਿ ਜਿਵੇਂ 81.00 ਹੈ 80.00 ਹੈ ਸੋ ਛੋਟੇ ਮਾਰਕਸ ਜਿਹੜੇ ਹੁੰਦੇ ਆ ਉਹ ਹਲੇ ਤੱਕ ਕਿਹੜੇ ਦੇ ਵਿੱਚ ਆਪਾਂ ਨੂੰ ਦਿਖਾਈ ਨਹੀਂ ਦਿੱਤੇ ਸੋ ਬਿਲਕੁਲ ਜਿਹੜੇ ਮਾਰਕਸ ਇਹਦੇ ਵਿੱਚ ਮੈਂਸ਼ਨ ਕਰ ਦਿੱਤੇ ਗਿਆ ਇੱਕ ਇੱਕ ਨੰਬਰ ਨਾਲ ਇੱਕ ਇੱਕ ਅੰਕ ਜਿਹੜਾ ਘਟਦਾ ਜਾ ਰਿਹਾ ਤੇ ਮੈਰਿਟ ਦੇ ਵਿੱਚ ਉਸ ਹਿਸਾਬ ਨਾਲ ਉਮੀਦਵਾਰਾਂ ਦੇ ਨਾਮ ਹੈ ਜਿਹੜੇ ਆਏ ਹੈ ਸੋ ਹਾਈएस्ट ਹੈ ਜਿਹੜੀ ਉਹ 98 ਮਾਰਕਸ ਤੋਂ ਸਟਾਰਟ ਹੁੰਦੀ ਹੈ ਤਾਂ ਜੋ ਵੀ ਤੁਹਾਡਾ ਨੇਮ ਹੈ ਤੁਹਾਡਾ ਫਾਦਰ ਨੇਮ ਹੈ ਤੁਹਾਡਾ ਰੋਲ ਨੰਬਰ ਹੈ ਤੋ ਇਹਦੇ ਵਿੱਚ ਭਰ ਕੇ ਆਪਣੇ ਮਾਰਕਸ ਹੈ ਜਿਹੜੇ ਚੈੱਕ ਕਰ ਸਕਦੇ ਹੋ ਬਸ ਤੁਹਾਨੂੰ ਪਤਾ ਹੀ ਹੋਏਗਾ ਸੋ 70 71 ਤੱਕ ਜਿਹੜੀ ਇਹਦੇ ਵਿੱਚ ਟੋਟਲੀ ਮੈਰਿਟ ਹੈ ਜਿਹੜੀ ਉਹ ਮੈਂਸ਼ਨ ਕੀਤੀ ਗਈ ਹੈ ਵਿਭਾਗ ਦੇ ਵੱਲੋਂ ਸੋ ਕੁਝ ਸਮਾਂ ਪਹਿਲਾਂ ਜਿਹੜੀਆਂ ਪੋਸਟ ਆਈਆਂ ਸੀਗੀਆਂ ਸੋ 68 ਤੱਕ ਮੈਰਿਟ ਹੈ ਜਿਹੜੀ 67 ਤੱਕ ਇਹਦੇ ਵਿੱਚ ਆਨਸਰ ਜਿਹੜੇ ਮੈਂਸ਼ਨ ਕੀਤੇ ਨੇ ਤਾਂ ਹੋ ਸਕਦਾ ਸਾਰੇ ਉਮੀਦਵਾਰਾਂ ਦੇ ਵਿੱਚ ਰੋਲ ਨੰਬਰ ਜਾਰੀ ਕੀਤੀ ਗਈ ਹੈ ਤਾਂ ਪੀਡੀਐਫ ਬਤੌਰ ਜਿਹੜੀ ਇਹ ਜਾਰੀ ਹੋਈ ਹੈ ਸੋ 65 ਤੱਕ ਦੇ ਵਿੱਚ ਮਾਰਕਸ ਆਏ ਨੇ ਉਮੀਦਵਾਰਾਂ ਦੇ ਸੋ ਜਿਵੇਂ ਜਿਵੇਂ ਆਪਾਂ نیچے ਜਾਂਦੇ ਜਾਵਾਂਗੇ ਉਸ ਤਰ੍ਹਾਂ ਮਾਰਕਸ ਆਡੇ ਘਟਦੇ ਜਾਣਗੇ ਸੋ ਬਾਕੀ ਕੀ ਤੁਹਾਡਾ ਨੇਮ ਹੈ ਇਹਦੇ ਵਿੱਚ ਸਰਚ ਦੀ ਆਪਸ਼ਨ ਹੁੰਦੀ ਹੈ ਪੀਡੀਐਫ ਦੇ ਵਿੱਚ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚੋਂ ਮਿਲ ਜਾਏਗੀ ਜਿਨ੍ਹਾਂ ਨੇ ਸਾਡਾ ਟੈਲੀਗ੍ਰਾਮ ਗਰੁੱਪ ਜੁਆਇਨ ਨਹੀਂ ਕੀਤਾ ਉਸ ਦੇ ਵਿੱਚ ਜਾ ਕੇ ਇਹ ਗਰੁੱਪ ਜਿਹੜਾ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਕਲਾ ਕਲਾ ਨਾਮ ਪੜਨਾ ਕਿਉਂਕਿ ਪੀਡੀਐਫ ਬਹੁਤ ਲੌਂਗ ਹੈ ਵੀਡੀਓ ਵੀ ਲੌਂਗ ਹੈ ਜਿਹੜੀ ਹੋ ਜਾਏਗੀ ਤਾਂ ਮੈਰਿਟ ਲਿਸਟ ਜਿਹੜੀ ਇਹ ਜਾਰੀ ਕੀਤੀ ਗਈ ਹੈ ਤਾਂ ਕੱਟਆਫ ਕਰਕੇ ਵੈਕੈਂਸੀ ਦੇ ਹਿਸਾਬ ਨਾਲ ਜਿਹੜੀ ਅਗਲੀ ਲਿਸਟ ਜਿਹੜੀ ਉਹ ਆਵੇਗੀ ਸੋ ਕਿੰਨੀਆਂ ਪੋਸਟਾਂ ਸੀ ਉਹ ਪੋਸਟਾਂ ਦੇ ਹਿਸਾਬ ਨਾਲ ਇਹ ਮੈਰਿਟ ਹੈ ਜਿਹੜੀ ਬਣੇਗੀ ਤਾਂ ਇਹ ਸਾਰੇ ਉਮੀਦਵਾਰਾਂ ਦੇ ਜਿਨ੍ਹਾਂ ਨੇ ਐਗਜ਼ਾਮ ਦਿੱਤਾ ਸੀ ਤਾਂ ਮਾਰਕਸ ਆ ਜਿਹੜੇ ਸ਼ੋ ਹੋ ਚੁੱਕੇ ਐ ਸੋ ਅਗਲੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਅਗਲੀ ਅਪਡੇਟ ਹੈ ਜਿਹੜੇ 3 ਲੱਖ ਤੋਂ ਜਿਨ੍ਹਾਂ ਦੀ ਆਮਦਨ ਘੱਟ ਹੈ ਉਹਨਾਂ ਲਈ ਸੀਜੀਐਮ ਐਸ ਰਸ਼ਪਾਲ ਸਿੰਘ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦਾ ਆਰਟੀਐਸ ਕਤਰ ਦਾ ਅਹੁਦਾ ਜਿਹੜਾ ਸੰਭਾਲਿਆ ਐ ਸੋ ਉਹਨਾਂ ਨੇ ਦੱਸਿਆ ਕਿ ਹਰ ਉਹ ਵਿਅਕਤੀ ਜਿਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋ ਜਿਹੜੇ ਘੱਟ ਹੈ ਉਹ ਅਥਾਰਟੀ ਕੋਲੋਂ ਮੁਫਤਕ ਕਾਨੂੰਨੀ ਸੇਵਾਵਾਂ ਦਾ ਲਾਭ ਇਹੜਾ ਲੈ ਸਕਦਾ ਹੈ ਇਸ ਤੋਂ ਇਲਾਵਾ ਅਨਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ ਬੱਚੇ ਔਰਤਾਂ ਮਾਨਸਿਕ ਰੋਗੀ ਅਪੰਗ ਜੇਲਾਂ ਵਿੱਚ ਬੰਦ ਹਵਾਲਾਤੀ ਤੇ ਕੈਦੀ ਕੁਦਰਤੀ ਆਫਤਾਂ ਦੇ ਮਾਰੇ ਲੋਕ ਉਦਯੋਗ ਕਾਮੇ ਵੀ ਇਸ ਸੇਵਾ ਦਾ ਲਾਭ ਇਹੜਾ ਲੈ ਸਕਦੇ ਹੈ ਰਿਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਸੇਵਾ ਦੀਨ ਅਥਾਰਟੀ ਲੋੜਵੰਦ ਨੂੰ ਅਦਾਲਤ ਵਿੱਚ ਮੁਫਤ ਵਕੀਲ ਮੁਫਤ ਕਾਨੂੰਨੀ ਮਸ਼ਵਰਾ ਕੋਰਟ ਫੀਸ ਤਬਲਾਨੀ ਫੀਸ ਗਵਾਹਾਂ ਦੇ ਖਰਚੇ ਅਬ ਗਿਲਦੀ ਫੀਸ ਅਤੇ ਅਦਾਲਤੀ ਚਾਰਜੋਈ ਉੱਤੇ ਆਉਣ ਵਾਲੇ ਫੋਟਕਲ ਖਰਚਿਆਂ ਦੀ ਅਦਾਇਗੀ ਹੈ ਜਿਹੜੀ ਕਰਦੀ ਹੈ ਸੋ ਉਹਨਾਂ ਗੁਰਦਾਸਪੁਰ ਤੋਂ ਬਦਲ ਕੇ ਜਿਹੜਾ ਇੱਥੇ ਆਏ ਨੇ ਅਤੇ ਇਹਨਾਂ ਤੋਂ ਪਹਿਲਾਂ ਇੱਥੇ ਤਨੈਤ ਅਥਾਰਟੀ ਦੇ ਸਖਤਰ ਸੀਜੀਐਮਐਸ ਪੁਸ਼ਪਿੰਦਰ ਸਿੰਘ ਦੀ ਬਤਰੇੜੀ ਮਾਨਸਵੇ ਕੀ ਹੋ ਗਈ ਹੈ ਸਰਦਾਰ ਸੁਪਾਸ ਸਿੰਘ ਨੇ ਅਹੁਦਾ ਸੰਭਾਲਣ ਉਪਰੰਤ ਏਡੀਆਰ ਸਥਿਤ ਭਵਨ ਦਾ ਦੌਰਾ ਕੀਤਾ ਦਫ਼ਤਰ ਮਿਲਣ ਆਏ ਲੋਕਾਂ ਨਾਲ ਮੁਲਾਕਾਤ ਕੀਤੀ ਉਹਨਾਂ ਸਟਾਫ ਨੂੰ ਸਬੋਧਨ ਕਰਦੇ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਹਾ ਅਥਾਰਟੀ ਦਾ ਕੰਮ ਲੋੜਵੰਦ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਦੇਣਾ ਹੈ ਇਸ ਕੰਮ ਵਿੱਚ ਕੋਈ ਕੁਤਾਈ ਨਹੀਂ ਹੋਣੀ ਚਾਹੀਦੀ ਉਹਨਾਂ ਕਹਿ ਕਿ ਇਸ ਤੋਂ ਇਲਾਵਾ ਅਥਾਰਟੀ ਲੋਕ ਅਦਾਲਤਾਂ mediation ਤੇ ਰਾਜੀਨਾਮਾ ਕੇਂਦਰ ਰਾਹੀਂ ਵਿਵਾਦਾਂ ਤੇ ਝਗੜਿਆਂ ਦਾ ਨਿਪਟਾਰਾ ਕਰਵਾ ਕੇ ਸਮਾਜ ਵਿੱਚ ਵੱਧ ਰਹੇ ਵਖਰੇਵੇਂ ਅਤੇ ਅਦਾਲਤੀ ਬੋਝ ਨੂੰ ਘਟਾ ਕਰਨ ਵਿੱਚ ਵੱਡਾ ਯੋਗਦਾਨ ਪਾਵੇਗੀ ਉਹਨਾਂ ਮੁਫਤ ਕਾਨੂੰਨੀ ਸੇਵਾਵਾਂ ਲਈ ਅਦਾਲਤੀ ਕੰਪਲੈਕਸ ਵਿੱਚ ਸਥਿਤ ਅਥਾਰਟੀ ਦੇ ਦਫ਼ਤਰ ਪਹੁੰਚਣ ਜਾਂ ਫੋਨ ਨੰਬਰ ਤੇ ਸੰਪਰਕ ਕਰਨ ਦੀ ਅਪੀਲ ਹੈ ਜਿਹੜੀ ਕੀਤੀ ਹੈ ਅਗਲੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਗਲੀ ਅਪਡੇਟ ਹੈ ਜੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ ਸਮਾਂ ਜਿਹੜਾ ਬਦਲ ਗਿਆ ਹੈ ਤਾਂ ਇਸ ਤੇ ਪੰਜਾਬ ਸਰਕਾਰ ਨੂੰ ਵੱਡੀ ਬੱਚਤ ਹੈ ਜਿਹੜੀ ਹੋਵੇਗੀ। ਸੋ ਪੰਜਾਬ ਦੇ ਵਿੱਚ 2 ਮਈ ਤੋਂ ਸਰਕਾਰੀ ਦਫ਼ਤਰਾਂ ਦਾ ਸਵਾ ਬਦਲ ਦੇ ਨਾਲ ਹੀ ਆਮ ਆਦਮੀ ਪਾਰਟੀ ਸੂਬਾ ਸਰਕਾਰ ਨੇ ਆਪਣੀ ਕਿਸਮਤ ਦਾ ਅਜਿਹ ਤਜਰਬਾ ਜਿਹੜਾ ਕੀਤਾ ਹੈ ਜਿਸ ਨਾਲ ਸੂਬੇ ਨੂੰ ਪੈਸੇ ਤੇ ਬਿਜਲੀ ਦੀ ਬੱਚਤ ਕਰਨ ਵਿੱਚ ਮਦਦ ਹੈ ਜਿਹੜੀ ਮਿਲੇਗੀ। ਇਸ ਵੰਦੀ ਮੁੱਖ ਮੰਤਰੀ ਭਵੰਤ ਮਾਨ ਨੇ ਪ੍ਰਸ਼ਾਸਨਿਕ ਅਤੇ ਪਾਵਰ ਕਾਮ ਅਧਿਕਾਰੀਆਂ ਨਾਲ ਕਈ ਦਿਨਾਂ ਤੋਂ ਚਰਚਾ ਕੀਤੀ ਸੀ। ਉਹਨਾਂ ਕਿਹਾ ਕਿ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਨਿਰਵਿਘਨ ਜਾਰੀ ਰੱਖਣ ਲਈ ਹੁਣ ਤੋਂ ਹੀ ਬਿਜਲੀ ਦੀ ਬਚਤ ਵੱਲ ਧਿਆਨ ਦੇਣ ਦੀ ਹੈ ਜਿਹੜੀ ਲੋਡ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਰੋਜ਼ਾਨਾ 350 ਮੈਗਾਵਾਟ ਬਿਜਲੀ ਦੀ ਬਚਤ ਜਿਹੜੀ ਹੋਵੇਗੀ ਨਾਲ ਹੀ ਇੱਕ ਅੰਦਾਜ਼ੇ ਮੁਤਾਬਕ ਸਰਕਾਰ ਨੂੰ 15 ਜੁਲਾਈ ਤੱਕ 40 ਤੋਂ 42 ਕਰੋੜ ਰੁਪਏ ਦੀ ਬਚਤ ਜਿਹੜੀ ਹੋਵੇਗੀ ਪੰਜਾਬ ਦੇ ਵਿੱਚ ਜ਼ਿਆਤਰ ਬਿਜਲੀ ਥਰਮਲ ਪਲਾਂਟਾਂ ਤੋਂ ਜਿਹੜੀ ਪੈਦਾ ਹੁੰਦੀ ਹੈ ਦਫ਼ਤਰਾਂ ਸਮਾਂ ਬਦਲਣ ਨਾਲ ਥਰਮਲ ਪਲਾਂਟ ਵਿੱਚ ਵਰਤੇ ਜਾਣ ਵਾਲੇ ਕੋਲੇ ਦੀ ਕੀਮਤ ਵਿੱਚ ਕਮੀ ਹੈ ਜਿਹੜੀ ਉਹ ਵੀ ਆਵੇਗੀ ਭਾਵੇਂ ਪੰਜਾਬ ਨੂੰ ਰਣਜੀਤ ਸਾਗਰ ਡੈਮ ਭਾਖੜਾ ਡੈਮ ਪੋਕ ਡੈਮ ਤੋਂ ਬਿਜਲੀ ਸਪਲਾਈ ਕੀਤੀ ਜਾਂਦੀ ਹੈ ਪਰ ਥਰਮਲ ਪਲਾਂਟਾਂ ਦੇ ਮੁਕਾਬਲੇ ਇਹ ਬਹੁਤ ਘੱਟ ਹੈ ਤਾਂ ਰਾਜ ਦੇ ਰੋਪੜ ਥਰਮਲ ਪਲਾਂਟ ਨੂੰ ਰੋਜ਼ਾਨਾ 14000 ਟਨ ਕੋਲੇ ਦੀ ਲੋਡ ਹੁੰਦੀ ਹੈ ਲਹਿਰਾ ਮੁਹੱਬਤ ਪਲਾਂਟ ਨੂੰ 10000 ਟਨ ਨਾਭਾ ਥਰਮਲ ਪਲਾਂਟ ਨੂੰ 14000 ਟਨ ਤਲਵੰਡੀ ਸਾਬੋ ਪਲਾਂਟ ਨੂੰ 22000 ਟਨ ਗੋਵਿੰਦਵਾਲ ਪਲਾਂਟ ਨੂੰ 7500 ਟਨ ਕੋਲੇ ਦੀ ਰੋਜ਼ਾਨਾ ਲੋਡ ਹੁੰਦੀ ਹੈ ਤਾਂ ਮਈਆ ਕਰਵਾਈਆਂ ਜਾਣ ਵਾਲੀਆਂ ਇਹਨਾਂ ਪਲਾਂਟਾਂ ਨੂੰ ਪੂਰੀ ਤਰ੍ਹਾਂ ਟਨ ਸਵਰਥਾ ਨਾਲ ਰੋਜ਼ਾਨਾ ਚੱਲਣ ਦਿਓ ਇਸੇ ਕੜੀ ਵਿੱਚ ਕੇਂਦਰ ਸਰਕਾਰ ਦੇ ਆਰਐਸਆਰ ਰੇਲ ਸਮੁੰਦਰੀ ਰਾਹੀਂ ਜਿਹੜਾ ਕੋਲੇ ਦੀ ਢੋਆ ਢਵਾਈ ਕਰਨ ਦੇ ਫੈਸਲੇ ਨਾਲ ਪੰਜਾਬ ਦਾ ਹੋਰ ਨੁਕਸਾਨ ਜਿਹੜਾ ਹੋਣਾ ਸੀ ਪਰ ਮੁੱਖ ਮੰਤਰੀ ਇਸ ਫੈਸਲੇ ਨੂੰ ਟਾਲਣ ਦੇ ਵਿੱਚ ਜਿਹੜਾ ਸਫਲ ਰਹੇ ਅਗਲੀ ਅਪਡੇਟ ਆਈ ਹੈ ਜੀ ਪਰਲ ਕੰਪਨੀ ਨੂੰ ਲੈ ਕੇ ਸੋ ਆਪਨੋ ਕਰਤਾ ਹੈ ਕਿ ਪਰਲ ਕੰਪਨੀ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਪੈਸਾ ਜਿਹੜਾ ਫਸਿਆ ਹੋਇਆ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਨੇ ਕਿਹਾ ਕਿ ਪਰਲ ਕੰਪਨੀ ਦੇ ਲੋਕਾਂ ਤੋਂ ਕਰੋੜਾਂ ਰੁਪਏ ਦੀ ਲੁੱਟ ਜਿਹੜੀ ਕੀਤੀ ਹੈ ਜਿਹਦੇ ਤਹਿਤ ਕੰਪਨੀ ਨੇ ਲੱਖਾਂ ਲੋਕਾਂ ਤੋਂ ਕਰੋੜਾਂ ਰੁਪਏ ਜਿਹੜੇ ਹੜੱਪ ਲਏ ਨੇ ਪਰ ਹੁਣ ਪੰਜਾਬ ਸਰਕਾਰ ਇਸ ਕੰਪਨੀ ਤੇ ਕਾਰਵਾਈ ਹੈ ਜਿਹੜੀ ਕਰੇਗੀ ਉਨਾ ਕਹੇ ਕਿ ਪੰਜਾਬ ਸਰਕਾਰ ਪਰਲ ਕੰਪਨੀ ਦੀ ਜਾਇਦਾਦ ਜਿਹੜੀ ਜ਼ਬਤ ਕਰੇਗੀ। ਸੋ ਪਰਲ ਤੇ ਲੱਖਾਂ ਲੋਕਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਜਿਹੜਾ ਦੋਸ਼ ਹੈ ਇਸ ਬਾਰੇ ਸੀਐਮ ਭਵੰਤਮਾਨ ਨੇ ਟਵੀਟ ਕੀਤਾ ਹੈ ਕਿ ਸੀਐਮ ਨੇ ਪਰਲ ਕੰਪਨੀ ਨੇ ਲੱਖਾਂ ਲੋਕਾਂ ਦੀ ਮਿਹਨਤ ਦੇ ਕਰੋੜਾਂ ਰੁਪਏ ਖਾ ਲਏ ਹੈ ਪਰ ਕੰਪਨੀ ਦੀ ਪੰਜਾਬ ਵਿੱਚ ਬਹੁਤ ਸਾਰੀਆਂ ਜਾਇਦਾਦਾਂ ਨੇ ਅਸੀਂ ਕਾਨੂੰਨੀ ਤੌਰ ਤੇ ਰਸਤਾ ਜਿਹੜਾ ਸਾਫ਼ ਕਰਕੇ ਲੋਕਾਂ ਦੀ ਮਦਦ ਕਰਾਂਗੇ ਅਤੇ ਉਸ ਜਾਇਦਾਦ ਦਾ ਕਬਜ਼ਾ ਵਾਪਸ ਲੈਣ ਦਾ ਰਾਹ ਜਿਹੜਾ ਪੱਧਰਾ ਕਰਾਂਗੇ ਇਹਨਾਂ ਜਾਇਦਾਦਾਂ ਤੇ ਪੰਜਾਬ ਸਰਕਾਰ ਕਬਜ਼ਾ ਜਿਹੜਾ ਕਰੇਗੀ ਇਸ ਤੋਂ ਪਹਿਲਾਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਨੇ ਇਸ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਲੋਡਾ ਕਮੇਟੀ ਨੂੰ ਸਹਿਯੋਗ ਦਿੱਤਾ ਹੈ ਇਸ ਤਹਿਤ ਪਰਲੋ ਗਰੁੱਪ ਦੀ ਜਾਇਦਾਦ ਵੇਚ ਕੇ ਨਿਵੇਸ਼ਕਾਂ ਨੂੰ ਜਿਹੜੇ ਪੈਸੇ ਵਾਪਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਸੋ ਕਰੀਬ 1.5 ਲੱਖ ਨਿਵੇਸ਼ਕਾਂ ਨੇ ਲੋਡਾ ਕਮੇਟੀ ਕੋਲ ਪਹੁੰਚ ਜੜੀ ਕੀਤੀ ਸੀ ਅਤੇ ਉਸ ਤੋਂ ਬਾਅਦ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਪਰਲੋ ਗਰੁੱਪ ਦੀ ਜਾਇਦਾਦ ਦੀ ਨਿਲਾਮੀ ਕਰਨ ਲਈ ਹੈ ਜਿਹੜਾ ਕਿਹਾ ਗਿਆ ਸੀ ਤਾਂ ਇਸ ਤਰ੍ਹਾਂ ਨੇ ਭਵੰਤਮਨ ਨੇ ਟਵੀਟ ਵੀ ਕੀਤਾ ਸੀ ਜੋ ਤੁਸੀਂ ਔਨ ਸਕਰੀਨ ਦੇਖ ਸਕਦੇ ਹੋ ਸੋ ਇਸ ਤੋਂ ਇਲਾਵਾ ਪਰਲ ਗਰੁੱਪ ਤੇ ਇਲਜ਼ਾਮ ਹੈ ਕਿ ਉਸਨੇ ਕਰੀਬ 5.50 ਕਰੋੜ ਲੋਕਾਂ ਨੂੰ ਦੇਸ਼ ਦੇ ਚ ਜਾਇਦਾਦ ਦਾ ਨਿਵੇਸ਼ ਕਰਨ ਲਈ ਲਿਆ ਸੀ ਇਸ ਤੋਂ ਕਰੀਬ 60000 ਕਰੋੜ ਰੁਪਏ ਕਮਾਏ ਪਰ ਕੰਪਨੀ ਵੱਲੋਂ ਨਿਵੇਸ਼ਕਾਂ ਨੂੰ ਜਾਲੀ ਅਲਾਟਮੈਂਟ ਪੱਤਰ ਦੇ ਕੇ ਇਹ ਪੈਸਾ ਸੀ ਜਿਹੜਾ ਹੜੱਪ ਲਿਆ ਸੀ ਸੋ ਮਾਨ ਨੇ ਮਾਮਲਾ ਲੋਕ ਸਭਾ ਦੇ ਵਿੱਚ ਵੀ ਚੁੱਕਿਆ ਸੀ ਸੋ ਉਹਨਾਂ ਕਿਹਾ ਕਿ ਜਦੋਂ ਸੰਗਰੂਰ ਲੋਕ ਸਭਾ ਸੀਟ ਤੋਂ ਸਸਦ ਮੈਂਬਰ ਹੁੰਦੇ ਸੀ ਤਾਂ ਉਸ ਵੇਲੇ ਵੀ ਉਹਨਾਂ ਨੇ ਪਰਲ ਗਰੁੱਪ ਦੇ ਧੋਖਾਧੜੀ ਦਾ ਮਾਮਲਾ ਜਿਹੜਾ ਸਸਦ ਦੇ ਵਿੱਚ ਉਠਾਇਆ ਸੀ ਜਦੋਂ ਤੋਂ ਮਾਨ ਨੇ ਮੁੱਖ ਮੰਤਰੀ ਬਣਿਆ ਤਾਂ ਲੋਕਾਂ ਉਹਨਾਂ ਦੇ ਪੈਸੇ ਵਾਪਸ ਮਿਲਣ ਦੀ ਜਿਹੜੀ ਉਮੀਦ ਹੈ ਇਸ ਦੇ ਨਾਲ ਹੀ ਪਰਲ ਗਰੁੱਪ ਦੇ ਦੋਸ਼ੀ ਮਾਲਕ ਨਿਰਮਲ ਸਿੰਘ ਭੰਗੂ ਨੂੰ ਸਰਕਾਰ ਨੇ ਜਨਵਰੀ ਮਹੀਨੇ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਸੀ ਤਾਂ ਬਹੁਤ ਵਧੀਆ ਜਿਹੜਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਕਿ ਸਰਕਾਰ ਕਾਮਯਾਬ ਹੋ ਜਾਂਦੀ ਹੈ ਜਾਇਦਾਦ ਨਿਲਾਮ ਕਰਨ ਦੇ ਸਬੰਧ ਵਿੱਚ ਅਤੇ ਜਿਨ੍ਹਾਂ ਦੇ ਪੈਸੇ ਫਸੇ ਪਏ ਆ ਉਹਨਾਂ ਨੂੰ ਵਾਪਸ ਦੇਣ ਦੇ ਵਿੱਚ ਬਹੁਤ ਹੀ ਵੱਡਾ ਜਿਹੜਾ ਸਹਿਯੋਗ ਹੈ ਜਿਨ੍ਹਾਂ ਦੇ ਪੈਸੇ ਫਸੇ ਹੋਏ ਆ ਉਹਨਾਂ ਨੂੰ ਜਿਹੜਾ ਮਿਲੇਗਾ ਆਰਥਿਕ ਲਾਭ ਉਹਨਾਂ ਦਾ ਜਿਹੜਾ ਹੋ ਜਾਏਗਾ ਜੋ ਉਹਨਾਂ ਨੇ ਪੈਸੇ ਇਹਦੇ ਵਿੱਚ ਲਾਏ ਸੀ ਤੇ ਅੱਜ ਦੀਆਂ ਚਾਰ ਜਿਹੜੀਆਂ ਅਪਡੇਟ ਆਈਆਂ ਨੇ ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ